ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ, ਉਹਨਾਂ ਦੀ ਡਾਇਰੈਕਸ਼ਨ ਤਹਿਤ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ ਵੱਖ ਵੱਖ ਮੁਕੱਦਮੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਟਰੇਸ ਕੀਤੇ। ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕੱਦਮਾ ਨੰਬਰ 82 ਜਿਹੜਾ 5/10/2024 ਨੂੰ ਰਜਿਸਟਰ ਹੋਇਆ ਸੀ, ਅਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ, ਉਮਰ ਉਹਦੀ 26 ਸਾਲ ਦੇ ਲਾਗੇ ਹੈ, ਅਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਅਤੇ ਉਹ 10ਵੀਂ ਕਲਾਸ ਤੱਕ ਪੜ੍ਹਿਆ ਹੋਇਆ। ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਅਤੇ ਫੈਸਟਿਨ ਪੈਲਸ ਦੇ ਲਾਗੇ ਜਾ ਕੇ ਕੱਲ੍ਹ ਦੁਪਹਿਰ 12 ਵਜੇ ਅਤੇ ਉਹਨੂੰ ਉਹਦੇ ਕੋਲੋਂ ਸਨੈਚਿੰਗ ਕਰ ਲਈ, ਆਟੋ ਚਾਲਕ ਨੇ ਸਨੈਚਿੰਗ ਕਰ ਲਈ। ਅਤੇ ਸਨੈਚਿੰਗ ਵਿੱਚ ਇੱਕ ਮੋਬਾਈਲ ਫੋਨ, ਸੋਨੇ ਦੀ ਵਾਲੀਆਂ ਅਤੇ 5,000 ਰੁਪਏ ਉਹਨੇ ਲੁੱਟ ਲਏ ਸੀਗੇ, ਅਤੇ ਜੋ ਕਿ ਵੇਰਕਾ ਪੁਲਿਸ ਅਤੇ ACP ਈਸਟ ਸਰਦਾਰ ਗੁਰਿੰਦਰਵੀਰ ਸਿੰਘ ਨੇ ਬਹੁਤ ਹੀ ਮੁਸਤੈਦੀ ਨਾਲ ਐਕਟ ਅਪੋਨ ਕਰਦੇ ਹੋਏ ਅਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ, ਅਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਲਿਆ। ਥੈਂਕ ਯੂ। ਇਹ ਆਟੋ ਚਲਾਉਂਦਾ ਸੀਗਾ ਅਤੇ ਆਟੋ ਦਾ ਨੰਬਰ ਹੈ PB02EV3156, ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ। ਆਟੋ ਦੇ ਵਿੱਚ ਹੀ ਇਹਨੇ ਕੀਤੀ ਹੈ, ਇਸ ਤੋਂ ਪਹਿਲਾਂ ਇਹਨੇ ਇਹਦੇ 'ਤੇ 3 ਮੁਕੱਦਮੇ ਹੋਰ ਦਰਜ ਨੇ ਜੀ। ਉਹ ਅੰਮ੍ਰਿਤਸਰ ਰੂਰਲ ਦੇ ਵਿੱਚ ਹੈਗੇ, ਅਸੀਂ ਆਪਣਾ ਕੱਲ੍ਹ ਹੀ ਇਹਨੂੰ ਅਰੈਸਟ ਕੀਤਾ, ਅਸੀਂ ਪੁਲਿਸ ਰਿਮਾਂਡ ਲੈ ਕੇ ਹਾਲੇ ਇਹ ਤੋਂ ਹੋਰ ਪੁੱਛਗਿੱਛ ਕਰਾਂਗੇ ਜੀ। ਮੌਕੇ 'ਤੇ ਰਿਕਵਰੀ ਕਰ ਲਈ ਜੀ, ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ, ਉਹ ਹਾਲੇ ਮੈਡੀਕਲ ਰਿਪੋਰਟ ਆਉਣ 'ਤੇ ਪਤਾ ਚੱਲਿਆ, ਇਹਨੇ ਇਕੱਲਾ ਹੀ ਲੁੱਟਦਾ ਜੀ।